ਕਿ ਮੈਂ ਸੋਚਦਾ ਵੀ ਜੇ ਮੈਂ ਕੁਦਰਤ ਨਾਲ ਲੱਗੇ ਚੱਲਾਂ ਕੁਦਰਤ ਮੇਨਾਂ ਥੱਕਾਂ ਨਹੀਂ ਕਰੇਗੀ ਮੈਂ ਇਸ ਕਰਕੇ ਆਰਗੈਨਿਕ ਖੇਤੀ ਕਰਨਾ ਕੁਦਰਤ ਨੇ ਮੈਨੂੰ ਸਹੀ ਰੱਖਿਆ ਜੇ ਤੱਕ ਗਾਹ ਵੀ ਮੈਨੂੰ ਸਹੀ ਰੱਖੇਗਾ ਆਸ ਹੈ ਪਹਿਲਾਂ ਜਿਵੇਂ ਕੀਤੀ ਕਰਦੇ ਸੀ ਉਸ ਤੋਂ ਬਾਅਦ ਜਦੋਂ ਆਰਗੈਨਿਕ ਖੇਤੀ ਕੁਦਰਤੀ ਖੇਤੀ ਕਰਨ ਲੱਗੇ ਤਾਂ ਡਿਫਰੈਂਸ ਕੀ ਆਇਆ ਕਣਕ ਮੇਰੀ ਘੱਟ ਨਿਕਲਦੀ ਤੇ ਉਹ ਮੇਰੀ ਮਹਿੰਗੇ ਭਾਵੇ ਵਿਕ ਜਾਂਦੀ 2.5 ਗੁਣਾ ਵੱਧ 2.3 ਗੁਣਾ ਵੱਧ ਵਿਕ ਜਾਂਦੀ ਆ ਅੱਛਾ ਉਹ ਮੇਰੇ ਸਾਰੇ ਘਾਟਿਆਂ ਬਦੇ ਪੂਰੇ ਕਰ ਜਾਂਦੀ ਆ ਗੋੜ 70-80 ਰੁਪਏ ਵਿਕ ਜਾਂਦਾ 100 ਰੁਪਏ ਸੱਕਰ ਬਸ 100-150 ਰੁਪਏ ਵਿਚਦਾ ਲੋਕ ਕਹਿੰਦੇ ਸੀਗੇ ਕਿ ਸੌਣ ਸਿਆਂ ਕਿਹੜੇ ਕਮੀ ਪੈ ਗਿਆਂ ਫਸਲ ਦਾ ਝਾੜ ਨਹੀਂ ਹੋਣਾ ਇਹਨਾਂ ਉਹਦੇ ਵੀ ਇਹੀ ਹੁਣ ਕਹਿੰਦੇ ਆ ਹਾਂ ਹੋਣੇ ਕਹਿੰਦੇ ਯਾਰ ਕੀ ਇਹ ਤੋਂ ਜਲੂਸ ਕੱਢਿਆ ਫਲਾਣਾ ਠੀਕ ਹੈ ਤਾਂ ਮੈਂ ਕਹਿੰਦਾ ਵੀ ਠੀਕ ਹੈ ਜੇ ਘਟਾ ਮੈਂ ਤਾਂ ਮੈਨੂੰ ਆ ਤੁਹਾਨੂੰ ਇਸ ਚੀਜ਼ ਦਾ ਕੋਈ ਮਤਲਬ ਨਹੀਂ ਜਿਵੇਂ ਪਤਾ ਲੱਗ ਗਿਆ ਕਿ ਹੁਣ ਕਣਕ ਪੱਕ ਗਈ ਆ ਸੌਹ ਸਿੰਘ ਹੋਣਾ ਦੀ ਜਾਂ ਗੋੜ ਕੱਢਣਾ ਸ਼ੁਰੂ ਕਰਤਾ ਸਾਈ ਫਿਰ ਪਹਿਲਾਂ ਹੀ ਆ ਜਾਂਦੀ ਹੈ ਅਸ ਇਹਦੇ ਬੀਜ ਨਹੀਂ ਆ ਸਾਈ ਆ ਗਈ ਜਾਂ ਨਹੀਂ ਅੱਛਾ ਪੂਰਾ ਹੋ ਜਾਂਦਾ ਹਾਂ ਜ ਪੂਰੀ ਨਹੀਂ ਹੁੰਦੀ ਸਗੋਂ ਮੇਰੇ ਕੋਲ ਜਿੰਨੇ ਕ ਮੈਨੂੰ ਆਰਡਰ ਹੁੰਦੇ ਮੇਰੇ ਕੋਲ ਕਣਕ ਪੂਰੀ ਨਹੀਂ ਹੁੰਦੀ ਗਾਵਾਂ ਦੇ ਦੁੱਧ ਦੀ ਵੀ ਡਿਮਾਂਡ ਰਹਿੰਦੀ ਆ ਤੁਹਾਡਾ ਤਾਂ ਲੱਗੇ ਸ਼ਹਿਰ ਲੱਗਦਾ ਫਿਰ ਸ਼ਹਿਰ ਤੋਂ ਡਿਮਾਂਡ ਰਹਿੰਦੀ ਆ ਡਿਮਾਂਡ ਬਹੁਤ ਵੀਰ ਜੀ ਦੇਸੀ ਗਾਵਾਂ ਦੇ ਸਿਰਫ 1 ਕਿਲੋ ਦੁੱਧ ਮੈਂ ਦੇ ਰਿਆ ਦੁੱਧ اچھا ਤੇ ਡਿਮਾਂਡ ਮੇ ਤਾਂ ਪੂਰੀ ਨਹੀਂ ਹੁੰਦੀ ਉਹ ਹੀ ਨਾਸ਼ਕ ਤਰੀਕੇ ਦੇ ਨਾਲ ਕਰਦੇ ਸੀ ਖੇਤੀ ਉਹ ਦੂ ਕਰਜਈ ਸੀਗੇ ਜਦੋਂ ਕੁਦਰਤੀ ਖੇਤੀ ਸ਼ੁਰੂ ਕੀਤੀ ਤਾਂ ਕਰਜਾ ਵੀ ਲੱਗ ਉਹ ਵੀ ਇਦਾਂ ਵੀਰ ਜਦੋਂ ਮੱਕਣ ਕਿ ਭੀਜ ਲਈ ਆ ਹਾਂ ਖਾਦ ਲਿਓਣੀ ਪੈਸਾ ਨਹੀਂ ਹਾਂ ਇਹ ਕੋ ਚੁੱਕਣੇ ਤੇ ਪਾਉਣੀ ਸਪਰੇਅ ਕਾ ਨਹੀਂ ਕਿਹਦੇ ਚੁੱਕੜੀ ਪਾਉਣੀ ਉਹ ਇਹਨਾਂ ਹੋਰ ਲੋਡਾਂ ਵਾਜਦੇ ਆ 15 20000 50000 ਰੁਪਇਆ ਮਤਲਬ ਲੈ ਹੀ ਲੈਣਾ ਆਰਤੀ ਤੋਂ ਹੁਣ ਮੈਨੂੰ ਪਤਾ ਮੈਂ ਪਾਉਨੇ ਕੱਖ ਨਹੀਂ ਮੈਂ ਜਾਣਾ ਨਹੀਂ ਮੈਂ ਲਿਆਉਣਾ ਨਹੀਂ ਇਸ ਵੇਲੇ ਮੇਰੇ ਨਾਲ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਸੌਂਹ ਸਿੰਘ ਮੌਜੂਦ ਹੈਗੇ ਨੇ ਜੋ ਪਿਛਲੇ 10 ਸਾਲਾਂ ਤੋਂ ਆਰਗੈਨਿਕ ਖੇਤੀ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈਗੀ ਹੈ ਇਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਨਾ ਕਦੇ ਸਪਰੇਅ ਕੀਤੀ ਹੈ ਨਾ ਕਦੇ ਦਵਾਈ ਦਾ ਕੋਈ ਛੜਕਾ ਕੀਤਾ ਔਰ ਨਾ ਹੀ ਕੋਈ ਖਾਦ ਪਾਈ ਹੈ ਇਹਦੇ ਨਾਲ ਹੀ ਆਪਣੀ ਫਸਲ ਦਾ ਮੰਡੀਕਰਨ ਵੀ ਇਹ ਆਪ ਕਰਦੇ ਨੇ ਗੋੜ ਦਾਲਾਂ ਔਰ ਕਣਕ ਜਿਹੜੀ ਕੁਦਰਤੀ ਖੇਤੀ ਦੇ ਨਾਲ ਬੀਜਦੇ ਨੇ ਉਸ ਦਾ ਮੰਡੀਕਰਨ ਇਹ ਆਪ ਕਰਦੇ ਨੇ ਇਹਨਾਂ ਦੇ ਕੋਲੋਂ ਆ ਕੇ ਲੋਕ ਲੈ ਜਾਂਦੇ ਨੇ ਤਾਂ ਬੜੇ ਵਧੀਆ ਤਰੀਕੇ ਦੇ ਨਾਲ ਇਹ ਖੇਤੀ ਕਰ ਰਹੇ ਨੇ ਤਾਂ ਗੁਰਦਾਸਪੁਰ ਦੇ ਪਿੰਡ ਕਾਲਾ ਨੰਗਲ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹੈਗੇ ਹਾਂ ਤਾਂ ਸੋਹਣ ਸਿੰਘ ਮੇਰੇ ਨਾਲ ਮੌਜੂਦ ਹੈਗੇ ਨੇ ਔਰ ਇੱਕ ਹੋਰ ਖਾਸ ਗੱਲ ਦੱਸ ਦਿੰਨੇ ਆ ਕਿ ਕਹਿੰਦੇ ਜਦੋਂ ਦੀ ਕੁਦਰਤੀ ਖੇਤੀ ਸ਼ੁਰੂ ਕੀਤੀ ਆ ਇਹਨਾਂ ਨੇ ਕਦੇ ਡਾਕਟਰ ਦੇ ਕੋਲ ਜਾ ਕੇ ਨਹੀਂ ਦੇਖਿਆ ਘਰ ਦਾ ਹੀ ਇਹ ਸਾਰਾ ਕੁਝ ਖਾਂਦੇ ਨੇ ਦਾਲਾਂ ਆਪ ਉਗਾਉਂਦੇ ਨੇ ਆਪ ਹੀ ਘਰੇ ਬਣਾਉਂਦੇ ਨੇ ਔਰ ਇੱਥੋਂ ਤੱਕ ਕਿ ਸਰੋਂ ਵੀ ਇਹਨਾਂ ਨੇ ਆਪ ਬੀਜੀ ਹੋਈ ਆ ਔਰ ਜਿਹੜਾ ਤੇਲ ਦਾ ਇਸਤੇਮਾਲ ਰਸੋਈ ਦੇ ਵਿੱਚ ਹੁੰਦਾ ਉਹ ਵੀ ਇਹ ਆਪ ਕਰਦੇ ਨੇ ਤਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਸੋਹਣ ਸਿੰਘ ਮੇਰੇ ਨਾਲ ਮੌਜੂਦ ਹੈਗੇ ਨੇ ਸੋਹਣ ਜੀ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਨਣਾ ਚਾਹੁੰਨਾ ਕਿ ਕੁਦਰਤੀ ਖੇਤੀ ਵਾਲੇ ਪਾਸੇ ਤੁਸੀਂ ਕਿਵੇਂ ਮੁੜੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਜੀ ਇਦਾਂ ਵੀਰੇ ਮੈਂ ਪਹਿਲਾਂ ਟਰੱਕ ਚਲਾਉਂਦਾ ਸੀ ਟਰੱਕ ਚਲਾਉਂਦਿਆਂ ਚਲਾਉਂਦਿਆਂ ਮੈਂ ਬਾਹਰ ਰਿਆ ਲੋਕਾਂ ਦੀ ਗੱਲਾਂ ਸੁਣਦਾ ਰਿਆ ਕੁਦਰਤੀ ਖੇਤੀ ਚ ਕੀ ਫਾਇਦਾ ਜਾਂ ਇੱਕ ਹਰ ਬੰਦੇ ਦੀ ਮੈਂ ਸਲਾਹ ਲੈਂਦਾ ਹਰ ਬੰਦੇ ਦੀ ਮੈਂ ਗੱਲ ਸੁਣ ਕੇ ਕੋਈ ਕੈਚ ਕਰਦਾ ਉਹਨੂੰ ਸਮਝਣਾ ਸੋਚਣਾ ਹਮ ਐਮਪੀ ਦੀ ਕਣਕ ਬੜੀ ਮਸ਼ਹੂਰ ਸੀ ਸ਼ਾਇਦ ਤੁਹਾਨੂੰ ਸੁਣਿਆ ਹੋਵੇਗਾ ਮੈਂ ਪੁੱਛਦਾ ਹਾਂ ਕਿ ਐਮਪੀ ਦੀ ਕਣਕ ਕਿਉਂ ਮਸ਼ਹੂਰ ਹੈ ਹਾਂ ਮੈਂ ਦਿੱਲੀ ਤੋਂ ਹਦਰਾਬਾਦ ਚੱਲਦੇ ਨਾ ਮੇਰੇ ਕੋਲ ਦਿੱਲੀ ਦੇ ਕਈ ਬੰਦੇ ਨਾ ਐਮਪੀ ਤੋਂ ਕਣਕ ਮੰਗਵਾਉਂਦੇ ਰੇ ਜਿਹੜੇ ਦਿੱਲੀ ਰਹਿੰਦੇ ਹੁੰਦੇ ਸੀ ਹਾਂ ਤੇ ਮੈਂ ਪੁੱਛਣਾ ਵੀ ਕਿਉਂ ਮੰਗਵਾਉਂਦੇ ਆ ਤਾਂ ਉਹਨਾਂ ਦੱਸਣਾ ਕਰਨਾ ਵੀ ਦਿੱਲੀ ਇਹ ਕਣਕ ਬਹੁਤ ਵਧੀਆ ਹਾਂ ਉਹ ਤੋਂ ਖੌਲੀ-ਹੌਲੀ ਨਾ ਮੈਂ ਕਿਹਾ ਜਦੋਂ ਮੈਂ ਪਿੰਡ ਗਿਆ ਤਾਂ ਮੈਂ ਜਾ ਕੇ ਤੇ ਆਰਗੈਨਿਕ ਹੀ ਕਰਾਂਗਾ ਮੈਂ ਦੂਜੀ ਖੇਤੀ ਨਹੀਂ ਕਰਾਂਗਾ 13 ਸਤੰਬਰ ਦੇ ਵਿੱਚ ਮੈਂ ਗੱਡੀ ਛੱਡ ਕੇ ਨਾ ਬਿਲਕੁਲ ਹਾਂ ਆ ਕੇ ਘਰ ਆ ਕੇ ਫਿਰ ਮੈਂ ਖੇਤੀਬਾੜੀ ਕਰਨ ਲੱਗ ਪਿਆ ਠੀਕ ਹੈ ਤਾਂ ਮੈਂ ਉਹ ਹੀ ਸੋਚ ਕੈ ਸੀ ਕਿ ਮੈਂ ਆਰਗੈਨਿਕ ਕਰਨੀ ਆ ਚਾਹੇ ਮੈਨੂੰ ਕੋਈ ਬਚੇ ਤਾਂ ਚਾਹੀ ਨਾ ਬਚੇ ਹਾਂ ਉਸ ਤੋਂ ਹਰ ਮੈਂ ਆਰਗੈਨਿਕ ਹੀ ਕਰ ਰਿਹਾ ਹੁਣ ਤੁਸੀਂ ਕਿਹੜੀ ਕਿਹੜੀ ਫਸਲ ਬੀਜੀ ਹੋਈ ਹੈ ਹੁਣ ਤਾਂ ਵੀ ਰੇਟ ਚੋਨਾ ਵੱਡਿਆ ਹੁਣ ਕਣਕ ਬੀਜਣੀ ਆ ਆ ਛੋਲੇ ਬੀਜੇ ਸਰੋਂ ਬੀਜੀ ਆ ਗੰਨਾ ਹਾਂ ਪੂਰੇ ਸਾਲ ਦੇ ਵਿੱਚ ਕਿਹੜੀ ਕਿਹੜੀ ਫਸਲ ਤੁਸੀਂ ਬੀਜਦੇ ਹੋ ਕਣਕ ਚੋਨਾ ਹਾਂ ਤੇ ਗੰਨਾ ਸਰੋਂ ਤੇ ਦਾਲਾਂ ਹੋ ਜਾਂਦੀਆਂ ਬਸ ਇਹ ਅੱਛਾ ਫਰਕ ਕੀ ਮਹਿਸੂਸ ਕੀਤਾ ਤੁਸੀਂ ਜਿਹੜੀਆਂ ਪਹਿਲਾਂ ਜਿਵੇਂ ਖੇਤੀ ਕਰਦੇ ਸੀ ਉਸ ਤੋਂ ਬਾਅਦ ਜਦੋਂ ਆਰਗੈਨਿਕ ਖੇਤੀ ਕੁਦਰਤੀ ਖੇਤੀ ਕਰਨ ਲੱਗੇ ਤਾਂ ਡਿਫਰੈਂਸ ਕੀ ਆਇਆ ਡਿਫਰੈਂਸ ਤਾਂ ਇਹੀ ਆ ਭਈ ਜੇ ਤੁਹਾਨੂੰ ਕੰਪੈਰੀਜ਼ਨ ਕਰੀਏ ਨਾ ਆਮਦਨ ਦੇ ਨਾਲ ਹਾਂ ਤੇ ਆਮਦਨ ਤਾਂ ਮੈਨੂੰ ਲੱਗਦਾ ਕਿ ਬਰਾਬਰ ਜਈ ਆ ਠੀਕ ਹੈ ਪਰ ਮੈਨੂੰ ਕੋਈ ਘਾਟਾ ਨਹੀਂਗਾ ਹਾਂ ਪਰ ਠੀਕ ਹੈ ਮੇਰਾ ਟਾਈਮ ਪਾਸ ਹੋ ਰਿਹਾ ਮੈਂ ਕੋਈ ਕਰਜ਼ਾਈ ਨਹੀਂ ਕੁਝ ਨਹੀਂ ਤੇ ਜੇ ਹੁਣ ਮੈਂ ਦੂਜਿਆਂ ਵੱਲੋਂ ਕੱਲ ਵੇਖਦਾ ਨੇ ਕੋਈ ਲਿਮਟ ਬਣਾਈ ਹੈ ਕਰਜ਼ੇ ਥੱਲੇ ਨੂੰ ਕੋਈ ਕਿਸ ਤਰ੍ਹਾਂ ਕੋਈ ਇਸ ਤਰ੍ਹਾਂ ਹਾਂ ਹੁਣ ਜੇ ਉਹਨਾਂ ਲੋਕਾਂ ਨੇ ਦਵਾਈਆਂ ਪਾ ਲੈਣੀਆਂ ਨੇ ਜਾਂ ਖਾਦਾ ਪਾ ਲੈਣੀਆਂ ਨੇ ਜਾਂ ਹੋਰ ਸਪਰੇਹਾਂ ਦੇ ਜਾਂ ਪੈਸੇ ਦੇਣੇ ਤਾਂ ਉਹਨੀ ਜੇ ਮੇਰੀ ਫਸਲ ਘਾਟ ਨਿਕਲ ਜਾਂਦੀ ਤਾਂ ਮੈਂ ਸਮਝਦਾ ਕਿ ਮੈਂ ਬਰਾਬਰ ਹੀ ਆ ਹਾਂ ਤੇ ਬਾਕੀ ਕਣਕ ਮੇਰੀ ਘਾਟ ਨਿਕਲਦੀ ਤੇ ਉਹ ਮੇਰੀ ਮਹਿੰਗੇ ਭਾਵੇ ਜੰਦੀ 2.5 ਗੁਣਾ ਵੱਧ 2.3 ਗੁਣਾ ਵੱਧ ਵਿਕ ਜਾਂਦੀ ਆ ਅੱਛਾ ਤੇ ਉਹ ਮੇਰੇ ਸਾਰੇ ਘਾਟੇ ਆਪਦੇ ਪੂਰੇ ਕਰ ਜਾਂਦੀ ਆ ਗੋੜ 70 80 ਰੁਪਏ ਵਿਕ ਜਾਂਦਾ 100 ਰੁਪਏ ਸ਼ੱਕਰ ਮੈਂ 100 100 ਰੁਪਏ ਵੇਚਦਾ ਹਾਂ ਉਕਦੇਸੀ ਗਾਂਵਾਂ ਰੱਖੀਆਂ ਨੇ ਉਹਦਾ ਦੁੱਧ 40 80 ਰੁਪਏ ਵਿਕ ਜਾਂਦਾ ਅੱਛਾ ਤੇ ਬਸ ਉਹ ਆਪਣਾ ਟਾਈਮ ਚੱਲੀ ਜਾਂਦੇ ਆ ਜਾਵਾਂ ਨੂੰ ਜਿਹੜਾ ਚਾਰਾ ਪਾਉਂਦੇ ਹੋ ਤੁਸੀਂ ਉਹ ਵੀ ਆਰਗੈਨਿਕ ਆ ਹਾਂ ਵੀਰੇ ਆਰਗੈਨਿਕ ਅੱਛਾ ਹਾਂਜੀ ਹੁਣ ਜੇ ਪ੍ਰਾਲੀ ਪਾਉਣੀ ਆ ਤਾਂ ਝੋਨੇ ਨੂੰ ਖਾਦੀ ਪਈ ਸਮਝ ਲਓ ਆਰਗੈਨਿਕ ਪਰਾਣੀ ਵੀਰੇ ਜਿਹੜੀ ਉੱਤੋਂ ਹੁੰਦਾ ਕਮੈਨ ਵੱਢ ਕੇ ਜਾਂਦਾ ਭੁੱਕੜ ਵਿੱਚ ਇਕੱਠਾ ਕਰ ਲਿੰਦਾ ਹਾਂ ਤੇ ਬਾਕੀ ਵਿੱਚ ਵਾਦੀਦੀ ਹੈ ਕਦੇ ਅੱਗ ਲਾਈ ਪਰਾਣੀ ਨੂੰ ਨਾ ਵੀਰੇ ਮੈਂ ਅੱਗ ਨਹੀਂ ਲਾਈ ਮੈਂ ਭਾਵੇਂ ਮੈਨੂੰ ਇਸ ਚੀਜ਼ ਦੇ ਕਿਹਨੂੰ ਪਿੰਡੋਂ ਪੁੱਛ ਲੋ ਉਹ ਕਹਿ ਗਣੀਆਂ ਨੇ ਅੱਗ ਲਾਈ ਆ ਹਾਂ ਹਾਂਜੀ ਅੱਛਾ ਫਿਰ ਕਣਕ ਜਿਵੇਂ ਤੁਸੀਂ ਦੱਸਿਆ ਕਿ 2.5 ਗੁਣਾ ਵੱਧ ਵੇਖ ਜਾਂਦੀ ਹੈ ਇਹ ਖਾਸੀਅਤ ਕੀ ਹੈ ਕੋਈ ਬੀ ਵੱਖਰਾ ਹੈ ਕਿ ਜਾਂ ਸਿਰਫ ਆਰਗੈਨਿਕ ਇਸ ਕਰਕੇ ਨਹੀਂ ਇੱਕ ਤੇ ਆਰਗੈਨਿਕ ਹੈ ਤੇ ਦੂਜਾ ਬੀ ਬੀ ਵੱਖਰਾ ਹੈ ਕਿ ਦੇਸੀ ਬੀਜ ਹੈ ਪੁਰਾਣੇ ਬੀ ਨੇ ਅੱਛਾ ਜਿਹੜੇ ਪੁਰਾਣੇ ਪਰੰਪਰਾਗਿਕ ਬੀਜ ਹੈ ਨਵੇਂ ਬੀਜ ਜਿਹੜੇ ਨੇ ਮਤਲਬ ਇਹ ਨਵੀਆਂ ਜਿਹੜੇ ਯੂਨੀਵਰਸਲ ਬੀਜ ਇਹ ਨਹੀਂ ਹੈਗੇ ਪੁਰਾਣੇ ਬੀਜ ਅੱਛਾ ਪੁਰਾਣੇ ਬੀਜ ਨੇ ਹਾਂ ਜੀ ਕਦੇ ਮੰਡੀ ਗਏ ਹੋ ਫਸਲ ਲੈ ਕੇ ਕਿ ਜਾਂ ਇੱਥੋਂ ਵਿਕ ਜਾਂਦੀ ਹੈ ਤਣਕ ਤਾਂ ਨਹੀਂ ਮੈਂ ਲੈ ਕੇ ਗਿਆ ਤੇ ਝੋਨਾ ਮੈਂ ਲੈ ਕੇ ਜਾਂਦਾ ਅੱਛਾ ਝੋਨਾ ਲੈ ਕੇ ਜਾਂਦਾ ਯਾਰ ਮੈਂ ਕੀ ਮੇਰੀ ਵਿਕ ਜਾਂਦੀ ਘਰੇ ਅੱਛਾ ਯਾਰਾਂ ਇੱਕੀ ਵੀ ਘਰੇ ਵਿਕ ਜਾਂਦੀ ਹਾਂ ਬਹਾਮਤੀ ਵਿਕ ਜਾਂਦੀ ਹੈ ਤੇ ਜਿਵੇਂ ਕਮਾਤ ਤੁਸੀਂ ਬੀਜਦੇ ਹੋ ਹਾਂ ਜੀ ਜਦੋਂ ਆਰਗੈਨਿਕ ਤਰੀਕੇ ਨਾਲ ਕਰਦੇ ਆਪਾਂ ਕਹਿੰਦੇ ਨੇ ਕਿ ਬੜਾ ਕੁਝ ਹੋ ਜਾਂਦਾ ਕੱਖ ਹੋ ਜਾਂਦਾ ਨਦੀਨ ਜਿਹਨੂੰ ਆਪਾਂ ਕਹਿ ਲੈਂਦੇ ਆ ਜਾਂ ਉਹਦਾ ਕਦ ਨਹੀਂ ਉਹਨਾ ਉੱਠਦਾ ਫਰਕ ਕੋਈ ਮਹਿਸੂਸ ਲੱਗਦਾ ਕਿ ਜਾਂ ਉੱਥੇ ਕੁਝ ਹੀ ਹੁੰਦੀ ਹੈ ਗੱਲ ਹਰ ਚੀਜ਼ ਦਾ ਨਾ ਇੱਕ ਅਲੱਗ-ਅਲੱਗ ਹਾਲਾ ਹੁਣ ਜੀਵ ਦੇ ਵਿੱਚ ਕੋ ਕੰਮ ਕਰਦਾ ਤੁਹਾਨੂੰ ਪਤਾ ਲੱਗਦਾ ਸਭ ਤੋਂ ਵੱਡੀ ਬਿਮਾਰੀ ਆ ਪਾਣੀ ਹਾਂ ਪਾਣੀ ਦੇ ਜੀਵਨ ਨਾਲ ਪਾਣੀ ਤਬਾਹੀ ਵੀ ਆ ਬਿਲਕੁਲ ਜਦੋਂ ਆਪਾਂ ਇੱਕ ਗ੍ਰਾਮ ਮਿੱਟੀ ਦੇ ਵਿੱਚ ਨਾ ਹਾਂ ਇੱਕ 3 ਕਰੋੜ ਤੋਂ ਲੈ ਕੇ ਤੇ 3 ਅਰਬ ਤੱਕ ਜਿਹੜਾ ਬੈਕਟੀਰੀਆ ਹਾਂ ਜਦੋਂ ਆਪਾਂ ਲਗਾਤਾਰ ਪਾਣੀ ਲਾ ਦਿੰਦੇ ਨਾ ਉਹ ਬੈਕਟੀਰੀਆ ਮਰਦਾ ਹਾਂ ਜਦੋਂ ਬੈਕਟੀਰੀਆ ਮਰਦਾ ਫਸਲ ਪੀਲੀ ਪੈਦੀ ਆ ਜਦੋਂ ਫਸਲ ਪੀਲੀ ਪੈਦੀ ਫਿਰ ਆਪਾਂ ਨੂੰ ਯੂਰੀਆ ਪਾਉਣੀ ਪੈਂਦੀ ਆ ਹਾਂ ਫਿਰ ਯੂਰੀਆ ਪਾਉਣੀ ਤੇ ਉਹਨੇ ਪਾਣੀ ਮੰਗਣਾ ਫਿਰ ਪਾਣੀ ਲਾਉਣਾ ਫਿਰ ਪੀਲੀ ਇਹ ਇੱਕ ਸਰਕਲ ਬਣ ਹਾਂ ਜੇਕਰ ਆਪਾਂ ਪਾਣੀ ਘਟਾ ਲਾਉਂਦੇ ਆ ਤਾਂ ਬੈਕਟੀਰੀਆ ਜਿਹੜਾ ਨਾ ਉਹ ਉਹ ਨੂੰ ਕੰਮ ਕਰਦਾ ਪੂਰਾ تقریبا ਬਰਾਬਰੀ ਕਰ ਜਾਂਦਾ ਉਹਨੂੰ ਕਿਉਂਕਿ ਖਰਾਕ ਜਿਹੜੀ ਪਚਾਉਣੀ ਹੈ ਬੈਕਟੀਰੀਏ ਨੇ ਪਚਾਉਣੀ ਹੈ ਹਾਂ ਬੈਕਟੀਰੀਆ ਨਾਲ ਹੀ ਪੌਦਾ ਬਣਦਾ ਉਹ ਹੀ ਬੈਕਟੀਰੀਆ ਚ ਦਾਣੇ ਬਣਦੇ ਉਹ ਬੈਕਟੀਰੀਆ ਨਾਲ ਹੀ ਜਿਹੜਾ ਉਹ ਬੈਟੀਰੀਆ ਆਟੇ ਦੇ ਵਿੱਚ ਬੈਕਟੀਰੀਆ ਹੁੰਦਾ ਉਹ ਹੀ ਆਪਾਂ ਖਾਂਦੇ ਆਂ ਤੇ ਬੈਕਟੀਰੀਆ ਹੀ ਬੰਦਾ ਬਣਦਾ ਤੇ ਉਹ ਬੈਕਟੀਰੀਆ ਤੇ ਮੁੜ ਕੇ ਬੰਦਾ ਘੁੰਮ ਕੇ ਫਿਰ ਜਦ ਜ਼ਮੀਨ 'ਚ ਮਿਲਦਾ ਇੱਕ ਸਰਕਲ ਆ ਇਹ ਅੱਛਾ ਜਦੋਂ ਤੁਸੀਂ ਫਿਰ ਪਿੰਡ ਦੇ ਵਿੱਚ ਸ਼ੁਰੂ ਕੀਤੀ ਹੋਊਗੀ ਕੁਦਰਤੀ ਖੇਤੀ ਲੋਕ ਕਹਿੰਦੇ ਸੀਗੇ ਕਿ ਸੌਂ ਸਿਆਂ ਕਿਹੜੇ ਕੰਮੀ ਪੈ ਗਿਆਂ ਫਸਲ ਦਾ ਝਾੜ ਨਹੀਂ ਆਉਣਾ ਇਹਨਾਂ ਉਹਦੇ ਵੀ ਇਹੀ ਹੁਣ ਕਹਿੰਦੇ ਆ ਹਾਂ ਹੁਣ ਵੀ ਕਹਿੰਦੇ ਯਾਰ ਕੀ ਇਹ ਤੋਂ ਜਲੂਸ ਕੱਢਿਆ ਫਲਾਣ ਠੀਕ ਹੈ ਤਾਂ ਮੈਂ ਕਹਿੰਦਾ ਵੀ ਠੀਕ ਹੈ ਜੇ ਘਾਟਾ ਵਾ ਤਾਂ ਮੈਨੂੰਗਾ ਤੁਹਾਨੂੰ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹਾਂ ਘਾਟਾ ਹੋ ਜੇ ਕਿਤੇ ਮੇਰੀ ਹਾਂ ਤੁਸੀਂ ਆਪਣੀ ਵ अच्छा मेनू एक गल ना कोई मतलब नहीं तू मैं जिथे हगा मैं ठीक आम नु रहण ले हां अच्छा एक सवाल होर लोकां ने मणा चोंदा है कई लोग ਕਿਸਾਨਾਂ ਨਾਲ ਅਸੀਂ ਗੱਲ ਕਰਦੇ ਹੋ ਕਹਿੰਦੇ ਕੁਦਰਤੀ ਖੇਤੀ ਕਰਤਾ ਲਈਏ ਪਰ ਕਹਿੰਦੇ ਨੇ ਕਿ ਇਹਦੇ ਚ ਇੱਕ ਤਾਂ ਝਾੜ ਘਟ ਹੁੰਦਾ ਫਸਲ ਵਧੀਆ ਜ਼ਰੂਰ ਹੁੰਦੀ ਆ ਪਰ ਕਹਿੰਦੇ ਨੇ ਕਿ ਜੇਕਰ ਵਧੀਆ ਤਾਂ ਫਿਰ ਇਹਦਾ ਮੁੱਲ ਵੀ ਵੱਧ ਜਾਂਦਾ ਪਰ ਕਹਿੰਦੇ ਜਦੋਂ ਮੁੱਲ ਦੀ ਗੱਲ ਹੁੰਦੀ ਆ ਤਾਂ ਉਦੋਂ ਸਾਨੂੰ ਉਸ ਤਰੀਕੇ ਨਾਲ ਮੁੱਲ ਨਹੀਂ ਮਿਲਦਾ ਦੱਕਾ ਵੀਰ ਜੀ ਇਹ ਤਾਂ ਸਾਨੂੰ ਲੋ ਸਟਾਰਟ ਕਰਨਾ ਪਏਗਾ ਹੁਣ ਅੱਜ ਹੀ ਮੈਂ ਕੈਮੀਕਲ ਖੇਤੀ ਜਿਨ ਨਿਕਲ ਕੇ ਅੱਖਾਂ ਕੈਮਰੂ ਪੂਰਾ ਪੈਸਾ ਮਿਲਦਾ ਤਾਂ ਨਹੀਂ ਮਿਲੇਗਾ ਹਾਂ ਮੈਂ ਵੀ 14 ਤੋਂ ਲੱਗਾ ਤਾਂ 18 'ਚ ਜਾ ਕੇ ਤੇ ਮੇਰੀ ਮਾਰਕਟ ਸੋ ਥੋੜੀ ਚੱਲਣ ਲੱਗੀ ਸੀ ਹਾਂ ਹੁਣ ਫਿਰ ਲੋਕ ਜਿਵੇਂ ਪਤਾ ਲੱਗ ਗਿਆ ਕਿ ਹੁਣ ਕਣਕ ਪੱਕ ਗਈ ਆ ਸੌਹ ਸਿੰਘ ਹੋਣਾ ਦੀ ਜਾਂ ਗੋੜ ਕੱਢਣਾ ਸ਼ੁਰੂ ਕਰਤਾ ਸਾਈ ਫਿਰ ਪਹਿਲਾਂ ਹੀ ਆ ਜਾਂਦੀ ਐ ਅਸ ਇਹਦੇ ਬੀਜ ਨਹੀਂ ਆ ਸਾਈ ਆ ਗਈਆਂ ਨੇ ਅੱਛਾ ਪੂਰਾ ਹੋ ਜਾਂਦਾ ਹਾਂ ਪੂਰੀ ਨਹੀਂ ਹੁੰਦੀ ਸਭ ਨੂੰ ਮੇਰੇ ਕੋਲ ਜਿੰਨੇ ਕ ਮੈਨੂੰ ਆਰਡਰ ਹੁੰਦੇ ਐ ਮੇਰੇ ਕੋਲ ਕਣਕ ਪੂਰੀ ਨਹੀਂ ਹੁੰਦੀ ਹਾਂ ਆਰਡਰ ਵੱਧ ਹੁੰ अच्छा फिर ਘਰੇ ਵੀ ਤੁਸੀਂ ਇਹੀ ਸਾਰਾ ਕੁਝ ਖਾਣੇ ਹੋ ਫਿਰ ਘਰ ਦਾ ਹੀ ਬਣਾਇਆ ਸਾਰਾ ਕੁਝ ਹਾਂਜੀ ਹਾਂਜੀ ਘਰ ਫਿਰ ਹਾਂ ਘਰ ਵਾਸਤੇ ਕਰ ਰਹੇ ਨੇ ਬਚਿਆ ਹੋਇਆ ਜਿਹੜਾ ਵਾਧੂ ਹੋਇਆ ਵੇਚਣਾ ਬਾਹਰ ਘਰ ਰੱਖ ਕੇ ਜਿਵੇਂ ਮੈਂ ਗੱਲ ਕੀਤੀ ਕਿ ਤੁਸੀਂ ਆਪ ਹੀ ਦੱਸਿਆ ਸੀ ਕਿ ਕਦੇ ਡਾਕਟਰ ਕੋਲ ਨਹੀਂ ਗਏ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 68 ਸਾਲ ਉਮਰ ਹੋ ਗਈ ਹਾਂ ਕਦੇ ਲੋੜ ਤਾਂ ਨਹੀਂ ਪਈ ਤਾਂ ਮਾੜੇ ਮੋਟੇ ਕਹਿੰਦਾ ਹੈ ਕਿ ਸਰਪੀਡ ਹੋ ਕੇ ਤੇ ਗੋਲੀ ਲੈ ਲਈ ਉਹ ਜਿਹੜੀ ਆਮ ਨਾਰਮਲ ਕੋਈਆਂ ਹੁੰਦੇ ਉਸ ਤੋਂ ਇਲਾਵਾ ਨਹੀਂ ਕਿਤੇ ਹਾਂ ਫਰਕ ਕੀ ਲੱਗਦਾ ਕਿ ਘਰ ਦਾ ਖਾਣੇ ਹੋ ਤੁਸੀਂ ਆਰਗੈਨਿਕ ਤਰੀਕੇ ਦੇ ਨਾਲ ਦਵਾਈਆਂ ਸੁਪਰੀਆਂ ਤੋਂ ਦੂਰ ਆ ਇਹੀ ਕਾਰਨ ਹੈ ਤੰਦਰੁਸਤੀ ਦਾ ਵੇਤ ਕੋ ਵੀ ਇਹ ਵੀ ਹੈਗਾ ਇੱਕ ਦੂਜੀ ਗੱਲ ਮੈਂ ਦੱਸਾਂ ਵੀ ਮੈਂ ਥੋੜਾ ਜਿਹਾ ਨਾ ਪਰਮਾਤਮਾ ਦੇ ਵਿਹਾਰ ਰੱਖਣ ਵਾਲਾ ਬੰਦਾ ਮੈਂ ਆਪਣੇ ਆਪ ਤੇ ਨਹੀਂ ਚੱਲਦਾ ਹਾਂ ਤੇ ਮੈਂ ਸੋਚਦਾ ਵੀ ਜੇ ਮੈਂ ਕੁਦਰਤ ਨਾਲ ਰਲ ਕੇ ਚੱਲਾਂ ਕੁਦਰਤ ਮੇਨਾਂ ਧੱਕਾ ਨਹੀਂ ਕਰੇਗੀ ਹਾਂ ਮੈਂ ਕੁਦਰਤ ਨਾਲ ਧੱਕਾ ਨਾ ਕਰਾਂ ਕੁਦਰਤ ਮੇਨਾਂ ਧੱਕਾ ਨਾ ਕਰੇਗੀ ਮੈਂ ਇਸ ਕਰਕੇ ਆਰਗੈਨਿਕ ਖੇਤੀ ਕਰਦਾ ਹਾਂ ਹਾਂ ਕੁਦਰਤ ਨੇ ਮੈਨੂੰ ਸਹੀ ਰੱਖਿਆ ਜੇ ਤੱਕ ਦਾ ਵੀ ਮੈਨੂੰ ਸਹੀ ਰੱਖੇਗਾ ਆਸ ਹੈ ਜੇ ਨਾ ਰੱਖੇ ਤਾਂ ਪਰਮਾਤਮਾ ਜਾਣਦਾ ਉਹਨੇ ਕੀ ਕਰਨਾ ਮੈਨੂੰ এবਾਰੇ ਨਹੀਂ ਪਤਾ ਹੁਣ ਤੱਕ ਕੁਦਰਤ ਦੇ ਮੁਤਾਬਕ ਮੈਂ ਚੱਲਦਾ ਤੇ ਕੁਦਰਤ ਮੈਨੂੰ ਬਿਲਕੁਲ ਸਹੀ ਰੱਖਿਆ ਕੋਈ ਬਿ ਮਤਲਬ ਹੋਰ ਕੋਈ ਮਤਲਬ ਬਲੱਡ ਪ੍ਰੈਸ਼ਰ ਬੀਬੀ ਕੁਝ ਨਹੀਂ ਬਿਲਕੁਲ ਸਹੀ ਸਾਰਾ ਹਾਂ ਚਲੋ ਵਧੀਆ ਇਹ ਤਾਂ ਪਰਮਾਤਮਾ ਦੀ ਕਿਰਪਾ ਰਹਿਣੀ ਚਾਹੀਦੀ ਹੈ ਕੁਦਰਤ ਦੇ ਨਾਲ ਜੁੜੇ ਰਹਿਣਾ ਚਾਹੀਦਾ ਜਿਵੇਂ ਫਿਰ ਤੁਸੀਂ ਕਣਕ ਬੀਜਦੇ ਹੋ ਉਹਦੇ 'ਚ ਕੋਈ ਦਵਾਈ ਸਪਰੇ ਨਹੀਂ ਪਾਉਨੇ ਤੁਸੀਂ ਤੁਹਾਡਾ ਝਾੜ ਕਿੰਨਾ ਨਿਕਲਦਾ ਤਾਂ ਬਰਾਬਰ ਤੁਸੀਂ ਦੂਜਿਆਂ ਦਾ ਵੀ ਕੰਪੈਰੀਸ਼ਨ ਕਰਦੇ ਹੋਗੇ ਜਿਹੜੇ ਦਵਾਈਆਂ ਸਪਰੇਆਂ ਕਰਦੇ ਨੇ ਉਹਨਾਂ ਦਾ ਕਿੰਨਾ ਨਿਕਲਦਾ ਮੇਰਾ ਝਾੜ ਵੀ ਦੀ 7-8 ਕੁਇੰਟਲ ਹੁੰਦਾ। ਅੱਛਾ। ਦੂਜੇ ਦਾ ਵੱਧ-ਵੱਧ ਨਿਕਲਦੇ ਕਿਹਦੇ ਖਿਆਦਾ 20 ਨਿਕਲਾਏਗਾ। ਹਾਂ। ਆਪਣੀ ਜ਼ਮੀਨ ਤੇ ਜੋ ਜਿਹੜਾ 20 ਕੀ ਆਉਸਤ ਹੈ। ਨੇ ਸਾਰਾ 18 ਨਹੀਂ 20 ਆ। 18 20 ਆ। ਤੇ ਜੇ ਮੈਂ ਉਹਨਾਂ 2000 ਨੂੰ ਵੇਚਨੀਏ ਤੇ ਜੇ ਮੈਂ 5 ਨੂੰ ਵੇਚ ਤੇ ਮੇਰੀ ਵੀ 20 ਹੋ ਗਈ। ਤੁਹਾਡੀ 20 ਹੋ ਗਈ। ਹਾਂਜੀ ਬਸ ਇਹ ਚੀਜ਼ ਹੈ। ਉੱਥੇ ਆ ਜਾਂਦੀ ਗੱਲ। ਤੇ ਜਿਵੇਂ ਤੁਸੀਂ ਗੰਨਾ ਵੇਚਦੇ ਹੋ ਫਿਰ ਗੰਨੇ ਸਾਰੇ ਦਾ ਗੁੜ ਕੱਢਦੇ ਹੋ। ਤੁਸੀਂ ਕਿ ਜਾਂ ਮਿਲਚ ਸੋਲਦੇ ਹੋ। ਨਹੀਂ ਨਹੀਂ ਸਾਰੇ ਦਾ ਗੁੜ। ਹਾਂ। ਹਾਂਜੀ। ਜਿੰਨਾ ਵੀ ਲਾਉਣਾ ਮੈਂ ਗੁੜ ਹੀ ਕੱਢਾਂਗਾ। ਤੁਸੀਂ ਤਾਂ ਹੁਣ ਤਜਰਬਾ ਹੋ ਗਿਆ 10 ਸਾਲ ਦਾ ਇੱਕ ਮੈਸੇਜ ਕੀ ਦੇਣਾ ਚਾਹੁੰਦੇ ਹੋ ਕਿਸਾਨ ਜੇਕਰ ਇਧਰਲੇ ਪਾਸੇ ਨੂੰ ਆਉਣ ਤਾਂ ਕਿਵੇਂ ਫਾਇਦਾ ਕਿਵੇਂ ਹੋ ਸਕਦਾ ਕਿਸਾਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਖੇਤੀ ਕਰਨੀ ਚਾਹੀਦੀ ਕੁਦਰਤੀ ਵੇਖੋ ਵੀਰ ਜੀ ਇਹਦੇ ਹੇਤ ਦਾ ਮੈਂ ਹਾਂ ਸਾਰੀ ਦੁਨੀਆ ਸਿਆਣੀਆਂ ਕੋਈ ਬੇਵਕੂਫ ਹੈ ਨਹੀਂ ਹਜਮਾਨੇ ਚ ਪਰ ਜਿਹੜੀ ਪੈਸੇ ਦੀ ਦੌੜ ਹੈ ਨਾ ਉਹਦੇ ਤੋਂ ਸਾਨੂੰ ਨਿਕਲਣਾ ਪਏਗਾ ਹਾਂ ਪੈਸੇ ਦੀ ਦੌੜ ਤੋਂ ਨਿਕਲ ਕੇ ਆਪਾਂ ਹਾਂ ਕੁਦਰਤੀ ਖੇਤੀ ਕਰਸੇ ਜਦ ਕੁਦਰਤੀ ਖੇਤੀ ਕਰਾਂਗੇ ਕੁਦਰਤ ਨਾਲ ਜੁੜਾਂਗੇ ਹਾਂ ਤੇ ਕੁਦਰਤ ਕਦੇ ਕਿਸੇ ਬੰਦੇ ਨੂੰ ਭੁੱਖੇ ਨਹੀਂ ਮਰਨ ਦੇਗੀ ਹਾਂ ਕੈਮੀਕਲ ਖੇਤੀ ਕਰਕੇ ਜਦੋਂ ਬਿਮਾਰੀਆਂ ਘਰ ਲੱਗੀਆਂ ਹਾਂ ਇੱਕ ਹੀ ਜੀ ਬਿਮਾਰ ਪੈ ਤਾਂ ਸਾਰਾ ਟੱਪਾ ਬਿਮਾਰ ਹੁੰਦਾ ਹਾਂ ਤੇ ਸਾਰਾ ਟੱਪਰ ਫਾਇਟ ਗਿਆ ਹੁੰਦਾ ਤੇ ਜੇਕਰ ਕੁਦਰਤੀ ਖੇਤੀ ਕਰਨ ਲਈ ਘਰ ਥੋੜੇ ਦਾਣੇ ਜਿਵੇਂ ਥੋੜੇ ਪਹਿਲੇ ਸਾਰਾ ਟੱਪਾ ਠੀਕ ਹੈ ਤੁਹਾਨੂੰ ਡਾਕਟਰੋਂ ਤਾਂ ਦੇਣੇ ਪੈਣਗੇ ਇਸ ਕਰਕੇ ਸਾਰਿਆਂ ਨੂੰ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਬਹੁਤੀ ਨਹੀਂ ਥੋੜੀ ਥੋੜੀ ਸ਼ੁਰੂਆਤ ਕਰਨਾ ਆਪਣੇ ਤੋਂ ਕਰਨਾ ਬਾਅਦ ਹੌਲੀ 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 ਜੇ ਚੰਗਾ ਲੱਗੇ ਤੇ ਗਾਂ ਕਰ ਲੈਣਾ ਕਰਨੀ ਚਾਹੀਦੀ ਹੈ ਜਰੂਰ ਸ਼ੁਰੂਆਤ ਕਰਨ ਤੇ ਔਰਗੈਨਿਕ ਖੇਤੀ ਕਰਦੇ ਕੁਦਰਤ ਨੂੰ ਬਚਾਉਣਾ ਤੇ ਜਰੂਰੀ ਹੈ ਕਿਉਂਕਿ ਸਾਡਾ ਵਾਤਾਵਰਨ ਖਰਾਬ ਹੋ ਰਿਹਾ ਧਰਤੀ ਪਲੂਟ ਹੋ ਰਹੀ ਹੈ ਤੇ ਇਹਦਾ ਸਭ ਤੋਂ ਵੱਡਾ ਕਰਤੇ ਹੀ ਆ ਹੂੰ ਇਸੇ ਧਰਤੀ ਤੇ ਜੇ ਅਸੀਂ ਸਭ ਕੁਝ ਬੇੜੇ ਕਰ ਕਰਕੇ ਸਾਡੀਆਂ ਉਹੜੀਆਂ ਜਨਰੇਸ਼ਨਾਂ ਕੀ ਕਰਨਗੀਆਂ ਹਾਂ ਉਹਨਾਂ ਵਾਸਤੇ ਤਾਂ ਕੋਈ ਨਾ ਕੋਈ ਬਚਾਉਣੇ ਪਏਗਾ ਦੂਜੀ ਗੱਲ ਹੁਣ ਮੈਨੂੰ ਕਈ ਬੰਦੇ ਕਹਿ ਦਿੰਦੇ ਆ ਹੂੰ ਕੋਈ ਤੇਰੇ ਇਕੱਲੇ ਨਾਲ ਕੀ ਹੋ ਜਾਏਗਾ ਹਾਂ ਬਾਕੀ ਸਾਰੇ ਕਰ ਰਹੇ ਨੇ ਤੇ ਮੈਂ ਗੱਲ ਤਾਂ ਕਹਿਦਾ ਹੁੰਦਾ ਕਿ ਇਸ ਚੀਜ਼ ਦਾ ਪਰਵਾਹ ਨਾ ਪਤਾ ਉਹਨੇ ਕੀ ਕਰਨਾ ਉਹਨੂੰ ਪਤਾ ਪਈ ਇਹ ਕੀ ਕਰ ਰਿਹਾ ਮੇਰੇ ਵਾਸਤੇ ਕੋਈ ਜਰੂਰ ਉਖਰਾ ਕਰੇਗਾ ਇਹ ਤਾਂ ਚੰਗੀ ਗੱਲ ਆ ਨਾ ਤਾਂ ਜ਼ਹਿਰ ਖਾਓ ਤੇ ਨਾ ਲੋਕਾਂ ਨੂੰ ਖਵਾਓ ਤੁਸੀਂ ਕਿੰਨੇ ਕਿੱਲਿਆਂ 'ਚ ਕਰਦੇ ਹੋ ਆਰਗੈਨਿਕ ਖੇਤੀ ਸਾਢੇ ਤਿੰਨ ਕਿੱਲੇ ਮੇਰੇ ਕੋਲ ਆ ਬਸ ਸਾਢੇ ਤਿੰਨ ਕਿੱਲੇ ਕਰ ਰਿਹਾ ਹਾਂ ਹਾਂ ਇਹ ਕੀ ਬੀਜ ਆ ਦਾਲਾਂ ਲਾਈਆਂ ਨੇ ਇੱਥੇ ਇਹ ਚਨੇ ਆ ਜੀ ਅੱਛਾ ਇਹ ਫਿਰ ਦਾਲਾਂ ਚ ਨੇ ਕਿੰਨੀ ਕੋਈ ਬੀਜ ਦੇਓ ਤੁਸੀਂ ਇਹ ਫਿਰ ਵੇਚ ਦਿਓ ਕਿ ਜਾਂ ਘਰ ਵਾਸਤੇ ਲਾਈਆਂ ਹੋਈਆਂ ਨੇ ਜੇ ਆਪਣੇ ਜੋ ਗੇ ਰੱਖ ਕੇ ਜੇ ਬਚ ਗਏ ਉਹ ਕੋ 10 15 20 ਕਿਲੋ 50 ਕਿਲੋ ਤੋਂ ਲੈ ਇੰਦੇ ਪਿੰਡ ਦੀ ਲੋਕ ਲੈ ਜਾਂਦੇ ਨੇ ਲੋਕ ਸੌ ਸੈਂ ਐਦਗੀ ਥੋੜਾ ਜਿਹਾ ਵਧਾ ਜਾਂ ਠੇਕੇ ਤੇ ਲੈ ਲੈ ਕਿ ਸਾਡਾ ਤਾਂ ਪੂਰਾ ਕਰ ਕਿਦਾਂ ਬਾਤ ਹੋਣੀ ਇਹ ਨਹੀਂ ਹਾਂ ਉਹ ਪਤਾ ਲੋਕਾਂ ਨੂੰ ਵੀ ਜੇ ਠੇਕੇ ਤੇ ਲੱਗ ਗਏ ਪਹਿਲਾਂ ਕੈਮੀਕਲ ਕੈਮੀਕਲ ਵਾਲੀ ਆ ਤਾਂ ਉਹਨੂੰ ਕਰਦਿਆ ਕਰਦਿਆ 3 ਸਾਲ ਚਾਹੀਦੇ ਆ ਹਾਂ ਇਸ ਕਰਕੇ ਨਹੀਂ ਗੱਲ ਕੋਈ ਨਹੀਂ ਕਿੰਦਾ ਲੋਕ ਅੱਛਾ ਪਿੱਛੇ ਕਮਾਦ ਲੱਗਾ ਮੈਂ ਦੇਖੰਦਾ ਤੁਹਾਡਾ ਇੱਕ ਜਾਂ ਕਿਸੇ ਦਾ ਨਹੀਂ ਜੀ ਹਾਂ ਇਧਰ ਵਾਲਾ ਕਿਸੇ ਦਾ ਇਧ ਇਹ ਕੁਦਰਤੀ ਖੇਤੀ ਵਾਲਾ ਉਹ ਦੂਜਾ ਨਹੀਂ ਨਹੀਂ ਹਾਂ ਉਹ ਕੁਦਰਤੀ ਵਾਲਾ ਇਹ ਨਹੀਂਗਾ ਅੱਛਾ ਉਹ ਆਪਸੇ ਵਾਲਾ ਇਹ ਤਾਂ ਫਿਰ ਕਦ ਛੋਟਾ ਥੋੜਾ ਜਿਹਾ ਫਰਕ ਇਹਦਾ ਵੀ ਇਹਨੂੰ ਛਾੜਦਾ ਥੋੜਾ ਜਿਹਾ ਹਾਂਜੀ ਪਰ ਇਹ ਆ ਉਸ ਤਰੀਕੇ ਨਾਲ ਵਧੀਆ ਨਿਕਲ ਆਊਗਾ ਫਿਰ ਹਾਂਜੀ ਉਹ ਤਾਂ ਉਹਦਾ ਗੁੜ ਵਧੀਆ ਹੋਵੇਗਾ ਹਾਂ ਖਾਣ ਚ ਵਧੀਆ ਹਾਂ ਬਾਕੀ ਇਹ ਤੁਹਾਨੂੰ ਤੁਸੀਂ ਗੰਨਾ ਚੂਪ ਲੋ ਗੰਨੇ ਚੋਂ ਫਰਕ ਜਾਪੇਗਾ ਅੱਛਾ ਗੁੜ ਸ਼ਾਬਤ ਗੁੜ ਚੋਂ ਪਤਾ ਫਰਕ ਜਾਪੇਗਾ ਇਹ ਟੇਸਟ ਉਹਦਾ ਵੱਖਰਾ ਹੁੰਦਾ ਹਾਂਜੀ ਪੱਕੀ ਤੁਹਾਡੇ ਪਿੰਡ ਦੂਜੇ ਹੋਰ ਵੀ ਗੰਨੇ ਤਾਂ ਕੱਢਦੇ ਹੋਣਗੇ ਗੁੜ ਪਰ ਕੰਪੈਰੀਜ਼ਨ ਗੁੜ ਹੋਰ ਕੋਈ ਨਹੀਂ ਕਰਦਾ ਮੈਂ ਕੱਲੇ ਕਰਦਾ ਅੱਛਾ ਕੱਲੇ ਕਰਦੇ ਹੋ ਇਹ ਫਿਰ ਮੁੱਲ ਮਿਲਦਾ ਤੁਹਾਨੂੰ ਵੱਧ ਕੁਦਰਤੀ ਖੇਤੀ ਕਰਨ ਦਾ ਗੁੜ ਦਾ ਭਾਅ ਦਾ ਜਿਵੇਂ ਫਰਕ ਰਹਿੰਦਾ ਫਿਰ ਗੁੜ ਤੇ ਇਦਾਂ ਮੇਰੇ ਹੁਣ 100 ਰੁਪਏ ਤੇ ਮੈਂ ਸ਼ੱਕਰ ਵੇਚਦਾ 80 ਰੁਪਏ ਗੁੜ ਵੇਚਦਾ ਤੇ ਦੋ ਉਹ ਦੂਜੇ ਜਿਹੜੇ 50 ਰੁਪਏ ਵੇਚਣਦੇ ਨੇ ਨਾ 30 ਰੁਪਏ ਤੇ ਮੇਰਾ ਹੀ ਫਰਕ ਹੋ ਗਿਆ ਹਾਂ ਦੂਜੀ ਗੱਲ ਇਹ ਇੱਕ ਹੋਰ ਗੱਲ ਆ ਹਾਂ ਮੈਂ ਮੇਰੀ ਸੋਚ ਥੋੜੀ ਜਿਹੀ ਵੱਖਰੀ ਆ ਮੈਂ ਇਹ ਸੋਚਦਾ ਮਾਂ ਜਿਹੜੇ ਹੋਰ ਆਰਗੇਨਿਕ ਕਰਨ ਵਾਲੀਆਂ ਤੇ ਮੈਂ ਇੱਕ ਮਸੋਚਦਾ ਵੀ ਜੇ ਆਪਾਂ ਕਿਸੇ ਨੂੰ ਦੇਨੇ ਨਾ 80 ਰੁਪਏ ਵਿੱਚ ਦੇਨੇ ਆ ਤੇ ਗੁੜ ਕਿਲੋ 80 ਰੁਪਏ ਦੇ ਵੇਚ ਕੇ ਆਪਾਂ ਉਹਨੂੰ ਕਹੀਏ ਤਾਂ ਪੋ ਇਤੋਂ ਉੱਪਰ ਵੀ ਜਲੀਏ ਅਗਲੇ ਨੇ ਵੀ ਆਪ ਸੋਚਦੇ ਵਿੱਚ ਕਿਲੋ ਸਬਜ਼ੀ ਲੈਣੀ ਪਈ ਤਾਂ ਸਾਨੂੰ ਬੜਾ ਗਾਸ਼ ਪਿਆ ਹੁੰਦਾ ਤਾਂ ਕਿਸੇ ਨੇ 80 ਰੁਪਏ ਦੇਂਦੇ ਸਾਨੂੰ ਉੱਪਰ ਕੋ 20 ਹੋਰ ਲੈ ਲਾਂਗੇ ਤੇ ਉਹਦਾ ਦਿਲ ਹੋਰ ਕਿੰਨਾ ਦੁਖੇਗਾ ਇਸ ਕਰਕੇ ਅਗਲਾ ਮਹੀਨਾ ਤਾਂ ਗੋ ਜਿਹੜਾ ਖੁਸ਼ ਹੋ ਕੇ ਤੇ ਅਜੇ ਆਪੋਂ ਨਿਕਲ ਜਾਂਦੀ ਆ ਅੱਛਾ ਜਿਵੇਂ ਤੁਸੀਂ ਫਿਰ ਕਦੇ ਮੇਲ ਦੇ ਵਿੱਚ ਕਮਾਦਿਆਂ ਸੁਟਿਆ ਹਨਾ ਇਹਦਾ ਤੁਸੀਂ ਅੱਗੇ ਯੂਜ਼ ਕੀਤਾ ਇਹਦਾ ਅੱਗੇ ਗੋੜ ਬਣਾਇਆ ਸ਼ੱਕਰ ਬਣਾਈ ਚਲੋ ਇਹਦੀ ਤੁਸੀਂ ਮਿਹਨਤ ਕੀਤੀ ਤੇ ਮਿਹਨਤ ਦਾ ਤੁਹਾਨੂੰ ਮੁੱਲ ਵੀ ਮਿਲਿਆ ਲੱਗਦਾ ਕੀ ਕਿਸਾਨ ਨੂੰ ਮੰਡੀਕਰਦ ਨੂੰ ਆਪ ਹੀ ਕਰਨਾ ਚਾਹੀਦਾ ਫਸਲਾਂ ਦਾ ਆਪਣੀਆਂ ਦਾ ਵੇਖ ਵੀਰ ਜੀ ਤੇ ਹੁਣ ਵਾਲਾ ਟਾਈਮ ਜਿੱਦਾਂ ਹੁਣ ਐਮ ਐਸ ਬੀ ਖਤਮ ਹੋ ਗਈ ਦੀ ਆਪ ਹੀ ਕਰਨਾ ਪੈਣਾ ਹਾਂ ਜਿੱਦਾਂ ਹੁਣ ਸੁਪਰੀਮ ਕੋਰਟ ਦੇ ਬਿਆਨ ਦਿੱਤਾ ਹੈ ਏ ਜੀ ਨੇ ਵੀ ਝੁੰਡ ਜਿਹੜੀ ਐਮ ਐਸ ਬੀ ਖਤਮ ਕਰ ਦਿਓ ਰੱਬ ਕਰੇ ਨਾ ਕਰੇ ਕਿਤੇ ਹੋ ਹੀ ਜਾਏ ਹੂੰ ਤੇ ਇਹ ਤਾਂ ਜ਼ਰੂਰੀ ਹੋ ਜਣਾ ਹਾਂ ਇਹ ਤਾਂ ਤਾਂ ਹੀ ਹੋਵੇ ਕਿ ਜਹਾਡਾ ਸਭ ਕੁਝ ਆਰਗੈਨਿਕ ਹੋਏਗਾ ਲੋਕ ਸਾਡੇ ਕੋਲ ਚੱਲ ਕੇ ਆਉਣਗੇ ਆਪ ਹੀ ਲੈ ਕੇ ਬੈਠੇ ਕੋਈ ਲੈਣ ਨਹੀਂ ਆ ਕਿ ਤੋ ਤਾਂ ਕੀ ਫਾਇਦਾ ਹੂੰ ਮੈਂ ਗੱਲ ਸੁਣਦਾ ਕਿ ਕਹਿੰਦੇ ਜਦੋਂ ਤੁਸੀਂ ਕੀਟਨਾਸ਼ਕ ਤਰੀਕੇ ਦੇ ਨਾਲ ਕਰਦੇ ਸੀ ਖੇਤੀ ਉਹ ਦੂ ਕਰ ਜਾਈ ਸੀਗੇ ਜਦੋਂ ਕੁਦਰਤੀ ਖੇਤੀ ਸ਼ੁਰੂ ਕੀਤੀ ਤਾਂ ਕਰਜਾ ਵੀ ਲੱਗਦਾ ਉਹ ਵੀ ਇਦਾਂ ਵੀਰ ਜਦੋਂ ਮੱਕਣ ਕਬੀਜ ਲਈ ਆ ਹਾਂ ਖਾਦ ਲਿਓਣੀ ਪੈਸਾ ਨਹੀਂ ਹਾਂ ਕਿ ਕੋ ਚੁੱਕਣੇ ਤੇ ਪਾਉਣੀ ਸਪਰੇਅ ਕਾ ਨਹੀਂ ਕਿਹਦੇ ਚੁੱਕੜੀ ਪਾਉਣੀ ਹਾਂ ਉਹ ਇਹਨਾਂ ਹੋਰ ਲੋੜਾਂ ਵਾਜਦੇ ਆ 15 2000 5000 ਰੁਪਏ ਮਤਲਬ ਲੈ ਹੀ ਲੈਣਾ ਆਰਤੀ ਤੋਂ ਹੁਣ ਮੈਨੂੰ ਪਤਾ ਮੈਂ ਪਾਉਨੇ ਕੱਖ ਨਹੀਂ ਮੈਂ ਜਾਣਾ ਨਹੀਂ ਮੈਂ ਲਿਆਉਣਾ ਹੀ ਨਹੀਂ ਹਾਂ ਬਸ ਕਰ ਜਾਸੇ ਚੜਨਾ ਨਹੀਂ ਹਾਂ گاਵਾ ਰੱਖੀਆਂ ਉਹ ਦੁੱਧ ਵੇਚ ਕੇ ਤੇ ਆਪਣਾ ਟਾਈਮ ਪਾਸ ਹੋ ਜਾਂਦਾ گاਵਾ ਦੇ ਦੁੱਧ ਦੀ ਵੀ ਡਿਮਾਂਡ ਰਹਿੰਦੀ ਆ ਤੁਹਾਡਾ ਤਾਂ ਲੱਗੇ ਸ਼ਹਿਰ ਲੱਗਦਾ ਫਿਰ ਸ਼ਹਿਰ ਤੋਂ ਡਿਮਾਂਡ ਰਹਿੰਦੀ ਆ ਡਿਮਾਂਡ ਬਹੁਤ ਵੀਰ ਜੀ ਦੇਸੀ گاਵਾਂ ਦੇ 80 ਕਿਲੋ ਦੁੱਧ ਮੈਂ ਦੇ ਰਿਆ ਦੁੱਧ اچھا ਤੇ ਡਿਮਾਂਡ ਮੇ ਤਾਂ ਪੂਰੀ ਨਹੀਂ ਹੁੰਦੀ ਉਹ ਮਤਲਬ ਇੱਕ ਮੈਂ ਕਮ ਲੋਡ ਤੋਂ ਜ਼ਿਆਦਾ ਨਹੀਂ ਕਰਦਾ ਜਿੰਨਾ ਕਿ ਮੇਰੇ ਕੋਲ ਹੁੰਦਾ ਮਨੋ ਕਰਨਾ ਹਾਂ ਤਿੰਨ گاਵਾਂ ਨੇ ਮੇਰੇ ਕੋਲ ਹਾਂ ਤੇ ਉਹਦੇ ਮੁਤਾਬਕ 10 12 ਕਿਲੋ ਦੁੱਧ ਮੇਰੀ ਜਿਹੜਿਆ ਨਾਲ ਸ਼ਹਿਰ ਜਾਂਦਾ ਹਾਂ ਹਾਂ ਤੇ ਹੋਰ ਬੜੇ ਮਗਦੇ ਪਰ ਮੈਂ ਕਹਿੰਦਾ ਕੋਈ ਹੈ ਹੀ ਨਾ ਮੈਂ ਖੇਤੀਬਾੜੀ ਤੇ ਪਸ਼ੂ ਤੁਸੀਂ ਆਪ ਹੀ ਸੰਭਾਲਦੇ ਹੋ ਫਿਰ ਇੰਨੀ ਉਮਰ ਚ ਹੁਣ ਹਾਂਜੀ ਆਪ ਹੀ ਅੱਛਾ ਹਾਂਜੀ ਠੀਕ ਹੈ ਫਿਰ ਕੰਮ ਹੈ ਹਾਂ ਚਲੋ ਵਧੀਆ ਠੀਕ ਹੈ ਧੰਨਵਾਦ ਤੁਹਾਨੂੰ ਤੰਦਰੁਸਤੀ ਬਖਸ਼ੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਤਾਂ ਕੁਦਰਤੀ ਖੇਤੀ ਦੇ ਨਾਲ ਜਰੂਰ ਜੁੜਨਾ ਚਾਹੀਦਾ ਲੋਕਾਂ ਨੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਬਿਮਾਰੀਆਂ ਫੈਲਦੀਆਂ ਪਈਆਂ ਨੇ ਤਾਂ ਸਭ ਤੋਂ ਵੱਡਾ ਕਾਰਨ ਇਹ ਹੀ ਹੈਗਾ ਕਿ ਜੋ ਕੁਝ ਅਸੀਂ ਖਾਣੇ ਪੀਣੇ ਪਏ ਆ ਕੀਟਨਾਸ਼ਕ ਤਰੀਕੇ ਦੇ ਨਾਲ ਸਾਡੇ ਅੰਦਰ ਜ਼ਹਿਰ ਜਾ ਰਿਹਾ ਤਾਂ ਲੋੜ ਹੈ ਕਿਸਾਨਾਂ ਨੂੰ ਅੱਗੇ ਆਉਣ ਦੀ ਕੁਦਰਤੀ ਖੇਤੀਕਰਨ ਤਾਂ ਜੋ ਕੀਟਨਾਸ਼ਕ ਦਵਾਈਆਂ ਤੋਂ ਦੂਰ ਰਹਾ ਜਾਏ ਤਾਂ ਹੀ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਾਣੀ ਟੀਵੀ ਗੁਰਦਾਸਪੁਰ